ਸੰਗਰੂਰ ਨੇੜਲੇ ਪਿੰਡ ਬੜਰੁੱਖਾਂ ਦੀ ਦੋਹਤੀ ਸਤਵੀਰ ਕੌਰ ਅਤਰ ਸਿੰਘ ਵਾਲਾ ਨੇ ਕੈਨੇਡਾ ਦੀ ਪੁਲਿਸ ਵਿੱਚ ਬਤੌਰ ਜੇਲ੍ਹ ਸੁਪਰੀਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ ਨਾਨਕਿਆਂ ਅਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਿਰ ਮਾਨ ਨਾਲ ਉੱਚਾ ਕਰ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਲੋਕ ਲੜਕੀ ਦੇ ਜਨਮ ਲੈਣ ਨੂੰ ਬਹੁਤ ਹੀ ਮੰਦਭਾਗਾ ਸਮਝਦੇ ਸਨ, ਪਰੰਤੂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਾਂ ਧੀਆਂ ਦੀ ਤਰੱਕੀ ਦੀਆਂ ਅਜਿਹੀਆਂ ਬੁਲੰਦੀਆਂ ਛੋਈਆਂ ਕਿ ਅੱਜ ਹਰ ਕੋਈ ਇੱਕ ਕਾਮਯਾਬ ਧੀ ਦਾ ਪਿਤਾ ਹੋਣਾ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਹੈ। ਅਜਿਹੀ ਹੀ ਕਹਾਣੀ ਹੈ ਨੇੜਲੇ ਪਿੰਡ ਬੜਰੁੱਖਾਂ ਦੀ, ਜਿੱਥੋਂ ਦੀ ਦੋਹਤੀ ਸਤਵੀਰ ਕੌਰ ਜੋ ਕਿ 2018 ਵਿੱਚ ਕੈਨੇਡਾ ਗਈ ਸੀ ਅਤੇ ਪੜ੍ਹਾਈ ਉਪਰੰਤ ਉਸ ਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ। ਲੜਕੀ ਦੇ ਮਾਮੇ ਨੇ ਦੱਸਿਆ ਹੈ ਕਿ ਜਦੋਂ ਸਾਡੀ ਭਾਂਜੇ ਸਾਨੂੰ ਵੀਡੀਓ ਭੇਜਦੀ ਤਾਂ ਅਸੀਂ ਉਸ ਨੂੰ ਬੱਸ ਚਲਾਉਂਦੀ ਦੇਖ ਕੇ ਹੈਰਾਨ ਹੋ ਜਾਂਦੇ ਸੀ ਕਿ ਇੰਨੀ ਵੱਡੀ ਬੱਸ ਸਾਡੀ ਧੀ ਕਿਵੇਂ ਚਲਾ ਰਹੀ ਹੈ। ਉਹਨਾਂ ਕਿਹਾ ਹੈ ਕਿ ਸਤਵੀਰ ਕੌਰ ਪੜ੍ਹਾਈ ਵਿੱਚ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਸੀ। ਉਸਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਸੀ। ਕੁੜੀ ਦੇ ਪਿਤਾ ਜੋ ਕਿ ਆਪ ਵੀ ਪੁਲਿਸ ਦੇ ਜੇਲ੍ਹ ਵਿਭਾਗ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਨੇ ਦੱਸਿਆ ਹੈ ਕਿ ਉਹ 3 ਧੀਆਂ ਅਤੇ 1 ਪੁੱਤ ਦਾ ਪਿਤਾ ਹੈ, ਪਰੰਤੂ ਉਸ ਨੂੰ ਜੋ ਮਾਣ ਉਸ ਦੀ ਧੀ ਨੇ ਦਿੱਤਾ ਹੈ ਉਸ ਨਾਲ ਉਸਦਾ ਸਿਰ ਉੱਚਾ ਹੋ ਗਿਆ ਹੈ। ਉਹਨਾਂ ਕਿਹਾ ਹੈ ਕਿ ਸਾਨੂੰ ਧੀਆਂ ਦੇ ਪੈਦਾ ਹੋਣ ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਉਹ ਆਪਣੇ ਆਪ ਨੂੰ ਭਾਗਸ਼ਾਲੀ ਪਿਤਾ ਸਮਝਦੇ ਹਨ ਕਿ ਉਸਦੀ ਧੀ ਨੇ ਆਪਣੀ ਮਿਹਨਤ ਨਾਲ ਕੈਨੇਡਾ ਪੁਲਿਸ ਵਿੱਚ ਇਹ ਨਾਮਣਾ ਖੱਟਿਆ ਹੈ ਅਤੇ ਪਿੰਡ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੱਸਿਆ ਹੈ ਕਿ ਪਹਿਲਾਂ ਸਤਵੀਰ ਕੌਰ ਨੂੰ ਪੁਲਿਸ ਦੇ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿਨੀਪੈਗ ਤੇ ਸਮੁੰਦਰ ਵਿੱਚ ਮਿਲੀ ਸੀ, ਪਰੰਤੂ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਪਹਿਲਾਂ ਸਤਵੀਰ ਕੌਰ ਨੂੰ ਪੁਲਿਸ ਦੇ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿਨੀਪੈਗ ਤੇ ਸਮੁੰਦਰ ਵਿੱਚ ਮਿਲੀ ਸੀ, ਪਰੰਤੂ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ। ਸਤਵੀਰ ਕੌਰ ਦੇ ਪਿਤਾ ਨੇ ਦੱਸਿਆ ਹੈ ਕਿ ਉਸਦੀ ਲੜਕੀ ਹੁਣ ਬ੍ਰੈਂਪਟਨ ਵਿੱਚ ਜੇਲ੍ਹ ਸੁਪਰੀਡੈਂਟ ਲਈ ਚੁਣੀ ਗਈ ਹੈ ਅਤੇ 9 ਸਤੰਬਰ ਨੂੰ ਉਹ ਆਪਣਾ ਅਹੁਦਾ ਸੰਭਾਲਣ ਜਾ ਰਹੀ ਹੈ। ਮੇਰਾ ਨਾਮ ਹਰਬੰਸ ਸਿੰਘ ਹੈ ਜੀ, ਪਿੰਡ ਆਤਰਗੜ੍ਹ। ਤੁਹਾਡੀ ਬੇਟੀ ਨੇ ਕੈਨੇਡਾ ਦੇ ਵਿੱਚ ਜੇਲ੍ਹ ਸੁਪਰੀਡੈਂਟ ਦਾ ਜਿਹੜਾ ਅਹੁਦਾ ਸੰਭਾਲਿਆ, ਕਿੱਦਾਂ ਮਹਿਸੂਸ ਕਰ ਰਹੀ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ, ਬਹੁਤ ਮਿਹਨਤ ਕਰੀ ਹੈ ਜੀ ਬੱਚੀ ਨੇ 2018 ਦੇ ਉੱਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਮਹਿਕਮਿਆਂ 'ਚ ਕੰਮ ਕਰਿਆ ਅਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ੍ਹ ਵਿਭਾਗ ਦੇ ਵਿੱਚ ਅਪਲਾਈ ਕੀਤਾ ਜੀ, ਜਿਹੜੀ ਕਿ ਹੁਣ ਉਹਨਾਂ ਦੀ 16 ਤਰੀਕ ਨੂੰ ਟ੍ਰੇਨਿੰਗ ਪੂਰੀ ਹੋ ਗਈ, 9 ਸਤੰਬਰ ਨੂੰ ਡਿਊਟੀ ਜੁਆਇਨ ਕਰਨ ਜਾ ਰਹੀ ਹੈ ਬ੍ਰੈਂਪਟਨ ਵਿੱਚ। ਜੇ ਗੱਲ ਕੀਤੀ ਜਾਵੇ ਜੇਲ੍ਹ ਸੁਪਰਡੈਂਟ ਦੀ, ਜੇਲ੍ਹ ਦਾ ਮਹਿਕਮਾ ਕਿਉਂ ਚੁਣਿਆ, ਕੋਈ ਘਰ ਦੇ ਵਿੱਚੋਂ ਸੀਗਾ ਕੋਈ? ਹਾਂਜੀ, ਮੈਂ ਖੁਦ ਮੁਲਾਜ਼ਮ ਹਾਂ ਜੇਲ੍ਹ ਦਾ ਅਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਸੀ ਜੇਲ੍ਹ ਮੁਲਾਜ਼ਮਾਂ ਦੀਆਂ। ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ੍ਹ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ, ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ੍ਹ ਬਾਰਡਰ ਭਰਤੀ ਹੋਣ ਲੱਗੀ ਹਾਂ, ਜੇਲ੍ਹ ਬੜੀ ਦੂਰ ਹੈ, ਦਰਿਆ 'ਚ ਹੈ, ਡੈਡੀ ਮੇਰਾ ਜੀ ਨਹੀਂ ਕਰਦਾ, ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ, ਤੁਸੀਂ ਬੱਸ 'ਤੇ ਡਰਾਈਵਰ ਹੋ, ਵਧੀਆ ਚੱਲੀ ਜਾਂਦਾ ਤੁਹਾਡਾ ਕੰਮ, ਸਰਕਾਰੀ ਬੱਸ 'ਤੇ ਨੋ ਜੋਬ ਕਰ ਰਹੀ ਸੀ। ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮੈਨੂੰ, ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਇੱਦਾਂ ਕਰਕੇ ਮੈਨੂੰ ਆਫਿਸਰ ਦੀ ਨੌਕਰੀ ਮਿਲ ਰਹੀ ਹੈ, ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ। ਉਹਨਾਂ ਨੇ ਬਹੁਤ ਮਿਹਨਤ ਕਰੀ ਜੀ, ਪੜ੍ਹਨ ਦੇ ਵਿੱਚ ਬਹੁਤ ਅੱਛੀ ਹੈ। ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਟੱਡੀ ਦੀ, ਸਟੱਡੀ ਕਿੱਥੇ ਕਿੱਥੇ ਪੜ੍ਹੇ ਹੈ? ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ, ਸੰਗਰੂਰ ਡਿਊਟੀ ਕਰਦਾ ਸੀਗਾ। 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ, ਬਠਿੰਡੇ ਸਾਡਾ ਜੀ PP ਸਕੂਲ ਹੈ ਪੰਜਾਬ ਪੁਲਿਸ ਦਾ, ਉਹਦੇ ਵਿੱਚ ਜੀ 2 ਸਾਲ ਰਹੀ ਉਹ। ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ
ਪਿੰਡ ਅਤਰ ਸਿੰਘ ਵਾਲਾ ਆ ਗਿਆ ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ ਉੱਥੇ ਲਗਾਤਾਰ ਪੜ੍ਹਦੀ ਰਹੀ ਜੀ ਅਤੇ 10ਵੀਂ ਪਾਸ ਮੈਸਕਟ 'ਚੋਂ ਕਰਕੇ ਜੀ ਪਲੱਸ 2 ਨੇ ਜੀ ਬਰਨਾਲੇ ਕਿੰਗਜ਼ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਪਾਸ ਕੀਤੀ ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਜੀ ਆਈਲੈਕਸ ਕੀਤੀ 2018 ਦੇ ਵਿੱਚ ਜੀ ਉਹ ਬਿੰਨੀ ਪੈਗ ਡਿਗਰੀ ਲੈ ਕੇ ਗਈ ਸੀ ਜੇ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਜਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜੇ ਜਿਹੇ ਨਾਲ ਦੇਖਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜੀ ਮੇਰੇ 3 ਬੇਟੀਆਂ ਨੇ 1 ਬੇਟਾ ਛੋਟਾ 3 ਵਾਰੀ ਹੀ ਮਠਿਆਈ ਵੰਡੀ ਹੈ ਜੀ ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ ਕਿਉਂ ਜੀ ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂੰ ਮੈਨੂੰ ਬੇਟੀ ਨੇ ਕੈਨੇਡਾ ਜਾਣ ਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ 43 ਲੱਖ ਦੀ ਕਵੈਰੋ ਗੱਡੀ ਉਹਨੇ ਆਪਦੀ ਲੈਤੀ ਜੀ ਮੈਨੂੰ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰ ਬਹੁਤ ਜ਼ਿਆਦਾ ਮਾਣ ਹੈ ਜੀ